ਜੇਕਰ ਕਿਸੇ ਨੂੰ ਕੋਈ ਪੈਸੇ ਦੇ ਦਿੰਦਾ ਕਹਿੰਦਾ ਰਿਸ਼ਤੇਦਾਰੀ ਖਤਮ ਹੋ ਸਕਦੀ ਹੈ ਯਾਰੀ ਦੋਸਤੀ ਖਤਮ ਹੋ ਸਕਦੀ ਆ ਪਰ ਪੈਸਿਆਂ ਦਾ ਜਿਹੜਾ ਫਾਸਲਾ ਹੁੰਦਾ ਕਦੇ ਪਰਿਵਾਰ 'ਚ ਨਹੀਂ ਆਉਂਦਾ ਪਰਿਵਾਰ ਦੇ ਵਿੱਚ ਅਗਲਾ ਪੈਸੇ ਦਿੰਦਾ ਵੀ ਹਾਂ ਮੇਰੇ ਪਰਿਵਾਰ ਸੁਖੀ ਰਹੇ ਤੇ ਪਰ ਇੱਥੇ ਇੱਕ ਲੜਕੀ ਸੀਗੀ ਉਹਨੇ ਕ੍ਰੈਡਿਟ ਕਾਰਡ ਯੂਜ਼ ਕਰ ਲਿਆ ਉਹਦੇ ਪਰਿਵਾਰ ਦੇ ਪੈਸੇ ਪੂਸੇ ਬਹੁਤ ਖਰਚਤੇ ਤੇ ਦੇ ਹੋਰ ਵੀ ਉਹਨੂੰ ਸ਼ੌਂਕ ਸੀਗਾ ਖਰਚਾ ਕਰਨ ਦਾ ਉਨੇ ਆਪਣੇ ਮਾਂ ਪਿਓ ਨੂੰ ਹੀ ਮਾਰ ਦਿੱਤਾ ਤੇ ਮਾਂ ਪਿਓ ਨੂੰ ਮਾਰ ਕੇ ਆਪਣੇ ਹੀ ਘਰ ਵਿੱਚ ਦੱਬ ਦੁੱਬ ਦਿੱਤਾ ਤੇ 3-4 ਸਾਲਾਂ ਬਾਅਦ ਪੁਲਿਸ ਨੇ ਹੁਣ ਨੂੰ ਪਤਾ ਲੱਗ ਗਿਆ ਵੀ ਬੰਨੇ ਇਹ ਨੇ ਹਰਕਤ ਕੀਤੀ ਐ ਕਿ ਢੀ ਵੱਡੀ ਚੀਜ਼ ਬੰਦਾ ਘਰ ਬੈਠਦਾ ਤੇ ਬਾਅਦ ਚ ਪਛਤਾਵਾ ਵੀ ਹੁੰਦਾ ਹੁਣਾਂ ਛੋਟੀ ਉਮਰ ਸੀ ਕਿੰਨੀ ਕੁ ਉਮਰ ਸੀ ਇਸ ਲੜਕੀ ਦੀ ਨਹੀਂ ਮੈਡਮ ਸਭ ਕੋਈ ਉਮਰ ਦੀ ਛੋਟੀ ਨਹੀਂ ਅੱਜ ਦੀ ਉਮਰ ਦੇ ਵਿੱਚ ਜਦੋਂ ਹੁਣ ਇਹਨੂੰ ਅਰੈਸਟ ਕੀਤਾ ਗਿਆ ਜਦੋਂ ਕੋਰਟ ਨੇ ਇੱਕ ਸਖਤ ਫੈਸਲਾ ਸੁਣਾ ਦਿੱਤਾ ਹੁਣ ਇਹਦੀ ਉਮਰ 36 ਸਾਲ ਹੈ ਜਦੋਂ ਇਹਨੇ ਆਪਣੇ ਮਾਪਿਓ ਨੂੰ ਖਤਮ ਕੀਤਾ ਉਦੋਂ ਇਹਦੀ ਉਮਰ 32 ਸਾਲ ਸੀਗੀ ਇਹ ਘਟਨਾ ਲੰਡਨ ਦੀ ਹੈਗੀ ਆ ਬਰਤਾਨੀਆ ਮੁਲਕ ਦੀ ਹੈਗੀ ਹੈ ਜਿੱਥੇ ਇੱਕ ਅਦਾਲਤ ਨੇ ਇਸ ਕੁੜੀ ਨੂੰ ਜਿਹਦਾ ਨਾਮ ਵਰਜੀਨੀਆ ਮੈਕਕੂਲੋ ਦੱਸਿਆ ਜਾ ਰਿਹਾ ਇਹਨੂੰ ਇਹਦੇ ਮਾਪਿਓ ਦੇ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਕੂਟ ਨੇ ਬਹੁਤ ਸਖਤੀ ਵਰਤਦੇ ਆ ਕਿ 36 ਸਾਲ ਦੀ ਉਮਰ ਹੋਣਾ ਤੇ 36 ਸਾਲ ਨੈਕਸਟ 36 ইয়ার্স ਤੱਕ ਇਹਨੂੰ ਇੱਕ ਵਾਰੀ ਵੀ ਪੈਰੋਲ ਨਹੀਂ ਦਿੱਤੀ ਜਾਊਗੀ 36 ਸਾਲਾਂ ਬਾਅਦ ਇਹਦੀ ਪੈਰੋਲ ਤੇ ਕੋਈ ਵਿਚਾਰ ਕੀਤਾ ਜਾਊਗਾ ਕਿ ਇਹਨੂੰ ਜੇਲ੍ਹ ਚੋਂ ਬਾਹਰ ਇੱਕ ਅੱਧੀ ਅਰਵੀ ਕੱਢਣਾ ਹੈ ਕਿ ਨਹੀਂ ਕੱਢਣਾ ਇਹ ਮਾਮਲਾ ਬੜਾ ਹੈਰਾਨੀਗੁਣ ਮਾਮਲਾ ਸਮਝਾਇਆ ਹੈ ਇਹ ਜਿਹੜੀ ਵਰਜੀਨੀਆ ਨਾਮ ਦੀ ਕੁੜੀ ਹੈ ਜੀ ਇਹਨੇ 2019 ਦੇ ਵਿੱਚ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਸੀਗਾ ਇਸਦੇ ਖਰਚੇ ਬਹੁਤ ਸੀਗੇ ਇਨੇ ਆਪਣੇ ਮਾਪਿਓ ਦੇ ਕ੍ਰੈਡਿਟ ਕਾਰਡ ਯੂਜ਼ ਵੀ ਕੀਤੇ ਫਿਰ ਉਹਨਾਂ ਦੇ ਅਗੇਂਸਟ ਇਹਨੇ ਲੋਨ ਵੀ ਲੈ ਲੇ ਇਹਦੇ ਮਾਪਿਓ ਦੀ ਉਮਰ ਵੀ ਉਦੋਂ 70 70 ਸਾਲ ਸੀਗੀ ਸੋ ਇਹਨੂੰ ਇਹ ਸੀਗਾ ਕਿ ਮੈਨੂੰ ਕੋਈ ਬਹੁਤੇ ਸਵਾਲ ਜਵਾਬ ਨਾ ਕਰਨ ਇਸੇ ਦੇ ਚਲਦਿਆਂ ਵਟਸਐਪ ਪਹਿਲਾਂ ਇਹਨੇ ਆਪਣੇ ਫਾਦਰ ਨੂੰ ਜ਼ਹਿਰ ਦੇ ਦਿੱਤਾ ਤੇ ਜਿਸ ਦਿਨ ਉਹਦੀ ਜ਼ਹਿਰ ਦੇਣ ਤੋਂ ਬਾਅਦ ਮੌਤ ਹੋਈ ਇਹਨੇ ਕਿਸੇ ਨੂੰ ਕਾਲ ਮੈਸੇਜ ਨਹੀਂ ਕਰਨ ਦਿੱਤਾ ਆਪਣੀ ਮਦਰ ਨੂੰ ਇੱਕ ਦਿਨ ਸਮਝਾ ਬੁਝਾ ਕੇ ਰੱਖਿਆ ਅਗਲੇ ਦਿਨ ਨੂੰ ਲੱਗਿਆ ਕਿ ਨਹੀਂ ਮਾਂ ਨੇ ਕੰਟਰੋਲ ਨਹੀਂ ਆਉਣਾ ਰਿਸ਼ਤੇਦਾਰਾਂ ਤੱਕ ਗੱਲ ਪਹੁੰਚ ਜਾਣੀ ਹੈ ਤੇ ਜਦੋਂ ਇਹ ਗੱਲ ਬਾਹਰ ਨਿਕਲੀ ਤਾਂ ਭੇਦ ਵੀ ਖੁੱਲੂਗਾ ਕਿ ਇਹਦੀ ਡੈਥ ਇਦਾਂ ਕਿਵੇਂ ਹੋਗੀ ਪੁਲਿਸ ਤੱਕ ਗੱਲ ਗਈ ਮਾਮਲਾ ਵਿਗੜ ਸਕਦਾ ਹੈ ਸੋ ਇਹਨੇ ਤੇਜ ਤਾਰ ਹਥਿਆਰ ਦੇ ਨਾਲ ਆਪਣੀ ਮਾਂ ਦਾ ਪਹਿਲਾਂ ਤਾਂ ਇੱਕ ਹੈਮਰ ਦੇ ਨਾਲ ਹਥੌੜੇ ਦੇ ਨਾਲ ਉਹਦੇ ਸਿਰ ਦੇ ਉੱਤੇ ਵਾਰ ਕੀਤਾ ਜਦੋਂ ਬਹੁਤ ਜ਼ਖਮੀ ਹੋ ਗਈ ਫਿਰ ਚਾਕੂ ਦੇ ਨਾਲ ਉਹਦਾ ਗਲਾ ਵੱਢ ਕੇ ਉਹਨੂੰ ਵੀ ਮਾਰ ਦਿੱਤਾ ਇਹਨੇ ਇਹਨੇ ਆਪਦੇ ਫਾਦਰ ਨੂੰ ਬਲੱਡਸਬ ਇੱਕ ਮਾਰਬਲ ਦਾ ਬਣਿਆ ਹੋਇਆ ਬਾਕਸ ਸੀਗਾ ਉਹਦੇ ਵਿੱਚ ਉਹਦੀ ਡੈੱਡ ਬੋਡੀ ਨੂੰ ਸਟੋਰ ਕਰ ਦਿੱਤਾ ਮਦਰ ਨੂੰ ਇਹਨੇ ਸਲੀਪਿੰਗ ਬੈਗ ਦੇ ਵਿੱਚ ਬੰਦ ਕਰ ਦਿੱਤਾ ਸੋ ਰੀਸੈਂਟਲੀ ਪੁਲਿਸ ਨੂੰ ਕਿਸੇ ਪਾਸਿਓਂ ਕੋਈ ਖਬਰ ਮਿਲੀ ਇਸ ਘਰ ਦੇ ਵਿੱਚ ਪੁਲਿਸ ਨੇ ਜਦੋਂ ਰੇਡ ਕੀਤੀ ਤਾਂ ਪੁਲਿਸ ਹੈਰਾਨ ਰਹਿ ਗਈ ਜਦੋਂ ਉਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚੋਂ ਦੋ ਗਲੀਆਂ ਸੜੀਆਂ ਹੋਈਆਂ ਡੈੱਡ ਬੋਡੀਜ਼ ਮਿਲੀਆਂ ਉਸ ਤੋਂ ਬਾਅਦ ਇਹਨੂੰ ਅਰੈਸਟ ਕੀਤਾ ਗਿਆ ਫਿਰ ਸਾਰਾ ਜਿਹੜਾ ਸਾਰਾ ਕਹਾਣੀ ਕਰਮ ਸੀਗਾ ਸਾਰੀ ਘਟਨਾ ਇਹਨੇ ਆਪਣੇ ਮੂੰਹੋਂ ਦੱਸ ਕੇ ਖੁਦ ਨੇ ਮਾਂ ਪਿਓ ਦੇ ਕਤਲ ਕਬੂਲ ਕਰ ਲਏ ਜੀ ਇਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਜੇਕਰ ਬੱਚਿਆਂ ਨੂੰ ਲੋੜ ਤੋਂ ਵੱਧ ਵੀ ਦੇ ਦਿੰਨੇ ਆ ਉਹ ਵੀ ਖਤਰਾ ਜੇ ਤਰਸਾਉਨੇ ਵੀ ਰਹਿਨੇ ਆ ਉਹ ਵੀ ਖਤਰਾ ਇੱਕ ਮੈਂ ਵੀਡੀਓ ਜੀ ਦੇਖ ਰਿਆ ਸੀ ਜਿਸ 'ਚ ਬੱਚਾ ਆਪਣੇ ਮਾਂ ਦੇ ਉੱਪਰ ਬੈਟ ਮਾਰ ਦਿੰਦਾ ਤੇ ਬਾਅਦ 'ਚ ਮੋਬਾਈਲ ਤੇ ਖੇਡਣ ਲੱਗ ਜਾਂਦਾ ਉਹਨੂੰ ਸੋਚ ਸਮਝ ਨਹੀਂ ਹੁੰਦੀ ਵੀ ਮੈਂ ਕਰ ਕੀ ਰਿਹਾ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਕਿਵੇਂ ਰੱਖਿਆ ਜਾ ਸਕਦਾ ਥੋੜਾ ਆਪਾਂ ਸੁਜੈਸਟ ਕਰ ਸਕਦੇ ਬਲੈਟਸ ਪਹਿਲੀ ਗੱਲ ਜਿਵੇਂ ਤੁਸੀਂ ਦੱਸਿਆ ਕਿ ਕਿਸੇ ਨੂੰ ਆਪਾਂ ਵੱਧ ਵੀ ਨਹੀਂ ਖਰਚਣ ਦੇਣਾ ਤੇ ਘੱਟ ਵੀ ਨਹੀਂ ਇਹ ਤਾਂ ਬੱਚੇ ਦੀ ਨਾ ਜਦੋਂ ਬਚਪਨ ਤੋਂ ਜਦੋਂ ਸਕੂਲ ਜਾਂਦਾ ਉਦੋਂ ਤੋਂ ਉਹਦੀ ਇੱਕ ਹੈਬਿਟ ਬਿਲਡ ਕਰਨੀ ਹੁੰਦੀ ਹੈ ਕਿ ਉਹਨੂੰ ਸਮਝਾਇਆ ਜਾਵੇ ਕਿ ਆਪਣੀ ਲੋੜ ਕੀ ਆ ਆਪਣੀ ਲੋੜ ਨੂੰ ਐਕਸਪੈਂਡ ਕਿਵੇਂ ਕਰਨਾ ਆਪਾਂ ਜ਼ਰੂਰਤ ਦਾ ਵਰਤਣਾ ਆਪਾਂ ਫालतू ਨਹੀਂ ਵਰਤਣਾ ਕਿਵੇਂ ਚੀਜ਼ਾਂ ਵੇਸਟ ਹੁੰਦੀਆਂ ਹਰ ਇੱਕ ਚੀਜ਼ ਬੱਚੇ ਨੂੰ ਉਮਰ ਦੇ ਨਾਲੇ ਸਮਝ ਆਉਣੀ ਚਾਹੀਦੀ ਹੈ ਜਿਹੜੀ ਤੁਸੀਂ ਬੈਟ ਵਾਲੀ ਗੱਲ ਕਹੀ ਨਾ ਉਹਦੇ ਵਿੱਚ ਬੱਚਾ ਐਗਰੈਸ਼ਨ ਦਿਖਾ ਰਿਹਾ ਮੈਂ ਵੀ ਦੇਖੀ ਬੜੀ ਉਹ ਵੀਡੀਓ ਵਾਇਰਲ ਆ ਸ਼ਾਇਦ ਉਹ ਬੱਚਾ ਕੁਝ ਮੰਗ ਰਿਹਾ ਸੀ ਆਪਣੀ ਮਾਂ ਤੋਂ ਉਹਦੀ ਮਾਂ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਉਹਨੇ ਪਿੱਛੋਂ ਬੜੇ ਜ਼ੋਰ ਨਾਲ ਬੈਟ ਮਾਰਿਆ ਉਹ ਡਿੱਗ ਪੈਂਦੀ ਹੈ ਉਹ ਵੀਡੀਓ ਨੂੰ ਇਹ ਕਹਿ ਕੇ ਵੀ ਪ੍ਰਚਲਿਤ ਕੀਤਾ ਜਾਂਦਾ ਹੈ ਕਿ ਬੱਚੇ ਜਦੋਂ ਲਗਾਤਾਰ ਕਾਰਟੂਨ ਦੇਖਦੇ ਆ ਕਾਰਟੂਨ ਜੋ ਐਕਟੀਵਿਟੀਆਂ ਕਰਦੇ ਆ ਉਹਨਾਂ ਨੂੰ ਉਹ ਰਿਸੈਂਬਲ ਕਰਦੇ ਆ ਉਹਨਾਂ ਨੂੰ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਆਪਾਂ ਨੂੰ ਇਹ ਚੀਜ਼ਾਂ ਵੀ ਪਤਾ ਹੋਣੀਆਂ ਚਾਹੀਦੀਆਂ ਕਿ ਸਕਰੀਨ ਟਾਈਮ ਕਿੰਨਾ ਡੇਂਜਰਸ ਆ ਆਪਾਂ ਗੱਲ ਵੀ ਕੀਤੀ ਹੈ ਕਿ ਕੁਝ ਦੇਸ਼ਾਂ ਦੇ ਵਿੱਚ ਕਾਨੂੰਨ ਬਣ ਰਿਹਾ ਹੈ ਸਕਰੀਨ ਟਾਈਮ ਦੇ ਨਾਲ ਸੰਬੰਧਿਤ ਮੈਨੂੰ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਬਰੱਡ ਸਭ ਨੈਤਿਕਤਾ ਬੱਚੇ ਨੇ ਘਰ ਤੋਂ ਪੜ੍ਹਨੀ ਹੈ ਬੱਚੇ ਨੂੰ ਆਪਣੀਆਂ ਲੋੜਾਂ ਬਾਰੇ ਘਰ ਤੋਂ ਪਤਾ ਲੱਗੂਗਾ ਜਾਂ ਸਕੂਲ ਵਾਲੇ ਸਮਝਾ ਸਕਦੇ ਆ ਬੱਚੇ ਨੂੰ ਜੇ ਵਾਕਈ ਆਪਾਂ ਇੱਕ ਚੰਗਾ ਕੈਰੈਕਟਰ ਦੇਣਾ ਉਹਦੇ ਲਈ ਆਪਾਂ ਨੂੰ ਸਮਾਂ ਸਪੇਅਰ ਕੱਢਣਾ ਪੈਣਾ ਬਹੁਤੇ ਪੇਰੈਂਟਸ ਕੀ ਕਰਦੇ ਆ ਅੱਜਕੱਲ ਆਪਣੇ ਲੈਜ਼ਰ ਟਾਈਮ ਦੇ ਲਈ ਬੱਚੇ ਨੂੰ ਕੋਈ ਮੋਬਾਈਲ ਜਾਂ ਕੋਈ ਟੈਬਲੇਟ ਫੜਾ ਦਿੰਦੇ ਆ ਟੀਵੀ ਚਲਾ ਕੇ ਸਾਹਮਣੇ ਬਿਠਾ ਦਿੰਦੇ ਆ ਕਿ ਬੱਚਾ ਉਧਰ ਮਸਤ ਰਹੇ ਤੇ ਆਪਾਂ ਆਪਣਾ ਜਿਹੜਾ ਟਾਈਮ ਆ ਇੰਜੋਏ ਕਰਦੇ ਰਹੀਏ ਬਿਲਕੁਲ ਜੀ ਇੱਥੇ ਨਾ ਕੰਟੈਂਟ ਬਣਾਉਣ ਵਾਲਿਆਂ ਦੇ ਵੀ ਧਿਆਨ ਦੇਣਾ ਚਾਹੀਦਾ YouTube ਤੇ ਮੈਂ ਕਈ ਇਹੋ ਜਿਹੇ ਕੰਟੈਂਟ ਦੇਖੇ ਆ ਬਣਾਉਂਦੇ ਉਹ ਬੱਚਿਆਂ ਵਾਸਤੇ ਆ ਇਹ ਜੂਰੀਆ ਨੇ ਇਹ ਕਰ ਦਿਆ ਉਸਕੇ ਉਸਕੇ ਬਹਿਰ ਮਾਰੀ ਉਸਕੇ ਨੇ ਘਰ ਮੇਂ ਆਗ ਲਗਾ ਦਿਆ ਉਹ ਕਿਆ ਹੋਗਾ ਕਿਆ ਪਕੜਾ ਜਾਏਗਾ ਇਸਕਾ ਪਾਪਾ ਮਾਰੇਗਾ ਕਿ ਨਹੀਂ ਮਾਰੇਗਾ ਇਹੋ ਜੀਆਂ ਕੰਟੈਂਟ ਪ੍ਰੋਡਿਊਸ ਕਰਦੇ ਆ YouTube ਦੇ ਐਲਗੋਰਿਦਮ ਨੂੰ ਇਹ ਨਹੀਂ ਪਤਾ ਚੱਲਦਾ ਵੀ ਇਹ ਇੰਦਰ ਲੈ ਕੇ ਜਾ ਰਿਹਾ ਸੋ ਉਹ ਕੰਟੈਂਟ ਵਾਇਰਲ ਹੁੰਦਾ ਬੱਚਾ ਦੇਖਦਾ ਉਹਨੂੰ ਤਾਂ ਉਹ ਚੀਜ਼ਾਂ ਵੀ ਹੁੰਦੀਆਂ ਤੋਂ ਉਹਨਾਂ ਤੇ ਵੀ ਥੋੜੀ ਰੋਕ ਲਾਉਣੀ ਚਾਹੀਦੀ ਆ ਬਿਲਕੁਲ ਬ੍ਰਾਦਰਸ ਮੈਨੂੰ ਲੱਗਦਾ ਕਿ ਬਹੁਤ ਸਮੇਂ ਦੀ ਲੋੜ ਹੈਗੀ ਆ ਨਾ ਸਿਰਫ ਉਹ ਚੀਜ਼ਾਂ ਬੱਚੇ ਬਹੁਤ ਸਾਰੀਆਂ ਹੋਰ ਚੀਜ਼ਾਂ ਸਿੱਖ ਰਹੇ ਨੇ ਆਪਾਂ ਦੇਖਦੇ ਹਾਂ ਕਈ ਲੋਕ ਮਜ਼ਾਕ ਮਜ਼ਾਕ ਦੇ ਵਿੱਚ ਬੱਚਿਆਂ ਲਈ ਵੀਡੀਓ ਬਣਾ ਦਿੰਦੇ ਨੇ ਜਿਦੇ ਵਿੱਚ ਕੁਝ ਖੁਦ ਡੇਂਜਰਸ ਕਰ ਰਹੇ ਹੁੰਦੇ ਨੇ ਤੇ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਹੁਣ ਬੱਚਾ ਹੈ ਉਹਦਾ ਉਹਦੀ ਸੈਂਸ ਉਨੀ ਡਿਵੈਲਪ ਨਹੀਂ ਉਹ ਨੂੰ ਇਹ ਨਹੀਂ ਪਤਾ ਕਿ ਉਹ ਜੋ ਕੰਮ ਹੋ ਰਿਹਾ ਹੈ ਟੈਲੀਵਿਜ਼ਨ ਦੇ ਵਿੱਚ ਮੋਬਾਈਲ ਦੇ ਵਿੱਚ ਉਹ ਚੰਗਾ ਹੈ ਕਿ ਮਾੜਾ ਬੱਚੇ ਨੇ ਉਸੇ ਹਿਸਾਬ ਦੇ ਨਾਲ ਕਰ ਲੈਣਾ ਹੁੰਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਪਾਲਿਸੀ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਦੇਖਦੇ ਹਾਂ ਕੋਈ ਹਥਿਆਰ ਕੋਈ ਵੈਪਨ ਆ ਜਾਂਦਾ ਹੈ ਕਿਸੇ ਵੀਡੀਓ ਦੇ ਵਿੱਚ ਤੁਰੰਤ ਉਹਨੂੰ ਕਈ ਸਾਰੀਆਂ ਸੋਸ਼ਲ ਮੀਡੀਆ ਪਲੈਟਫਾਰਮ ਬੈਨਡ ਕਰ ਦਿੰਦੇ ਆ ਏਜ ਲਿਮਟ ਲਾ ਦਿੰਦੇ ਆ ਉਸੇ ਤਰੀਕੇ ਨਾਲ ਜਿਹੜੀਆਂ ਬੱਚਿਆਂ ਲਈ ਕਾਰਟੂਨ ਵੀਡੀਓਜ਼ ਬਣਾਈਆਂ ਗਈਆਂ ਐਨੀਮੇਟਡ ਵੀਡੀਓਜ਼ ਜੇ ਉਹ ਖੁਦ ਦਾ ਸੈਲਫ ਇੰਜਰੀ ਕਰਦੇ ਆ ਜਾਂ ਕਿਸੇ ਹੋਰ ਕਰੈਕਟਰ ਦਾ ਨੁਕਸਾਨ ਕਰਦੇ ਆ ਤਾਂ ਮੇਰੇ ਖਿਆਲ ਯੂਟਿਊਬ ਨੂੰ ਵੀ ਐਲਗੋਰਿਦਮ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਫਿਰ ਬੱਚਿਆਂ ਨੂੰ ਸੁਜੈਸਟ ਨਾ ਕਰੇ